ਹਾਂਜੀ ਅਸਲਾਮ ਵਾਲੇਕਮ ਜੀ ਬਰ ਰਹਿਮਤੁਲਲਾਹ ਵ ਬਰਕਾਤੋ ਸਾਰਿਆਂ ਨੂੰ ਮੇਰੇ ਜਨੇ ਵੀ ਦੋਸਤ ਭੈਣ ਭਰਾ ਨੇ ਜਨੇ ਵੀ ਜਾ ਪਾਕਿਸਤਾਨ ਦੇ ਵਿੱਚ ਨੇ ਜਾਂ ਇੱਧਰ ਸਾਡੇ ਪੰਜਾਬ ਇੰਡੀਆ ਦੇ ਵਿੱਚ ਨੇ ਸਾਰਿਆਂ ਨੂੰ ਮਸਲਾਮ ਕਹਿੰਦਾ ਜੀ ਤੁਹਾਡਾ ਛੋਟਾ ਵੀਰ ਤੁਹਾਡਾ ਛੋਟਾ ਬੱਚਾ ਸਾਰੇ ਮਿੱਤ ਵੱਡੇ ਨੇ तकरीबन तकरीबन ਤੇ ਇਹ ਵੀਡੀਓ ਮੈਂ ਸਪੈਸ਼ਲ ਬਣਾ ਰਿਹਾ ਜੀ ਸਾਡੇ ਪਾਕਿਸਤਾਨ ਤੋਂ ਉਸਤਾਦ ਜਨਾਬ ਆਰਿਫ ਰੌਖਾਨ ਸਾਹਿਬ ਕਵਾਲੀ ਦੇ ਸ਼ਹਨਸ਼ਾ ਤੇ ਬਾਖਮਾਲ ਅੱਲਾ ਨੇ ਐਸਾ ਸੁਰਤਾ ਕੀਤਾ ਉਸਤਾਦ ਜੀ ਨੂੰ ਕਿ ਕੋਈ ਜਵਾਬ ਨਹੀਂ ਤੇ ਉਤੋਂ ਮਾਸ਼ਾਅੱਲਾ ਪੜਦੇ ਵੀ ਐਸਾ ਨੇ ਗਾਉਂਦੇ ਵੀ ਐਸਾ ਨੇ ਕਿ ਬੰਦਾ ਉਹਨਾਂ ਤੋਂ ਮੁਤਾਸਰ ਹੋ ਜਾਂਦਾ ਅੱਲਾਹ ਤੋਂ ਮੁਤਾਸਰ ਹੋ ਜਾਂਦਾ ਕਿਉਂਕਿ ਮੈਂ ਅੱਜ ਜਦੋਂ ਰਮਜ਼ਾਨ ਜਿਹੜਾ ਪਿਛਲਾ ਹੁਣ ਰੋਜ਼ੇ ਨਾਂ ਕੇ ਗਏ ਰਮਜ਼ਾਨ ਮਹੀਨੇ ਦੇ ਪਹਿਲੇ ਰੋਜ਼ੇ ਵਾਲੇ ਦਿਨ ਜਿਹੜਾ ਕਿ ਰਹਿਮਤਾ ਦਾ ਮਹੀਨਾ ਬੰਨਿਆ ਜਾਂਦਾ ਹੈ ਅੱਲਾਹ ਦੀ ਤਰਫੋਂ ਤੇ ਉਸ ਪਾਕ ਮਹੀਨੇ ਦੇ ਵਿੱਚ ਉਹਨਾਂ ਦੀਆਂ ਕਵਾਲੀਆਂ ਸੁਣ ਸੁਣ ਕੇ ਮੈਂ ਇਹਨਾਂ Hazrat Ali ਦੇ ਨਾਲ mohabbat ਰੱਖਣ ਲੱਪਿਆ ਜناب صلی اللہ علیہ وسلم سرکار ਕਈ ਕੰਬਲੀ ਵਾਲੀ ਸਰਕਾਰ ਉਹਨਾਂ ਦੇ ਨਾਲ ਇੰਨੀ mohabbat ਰੱਖਣ ਲੱਪਿਆ ਮਾਮਾ ਸਰਕਾਰਾਂ ਦੇ ਨਾਲ ਇੰਨੀ mohabbat ਰੱਖਣ ਲੱਪਿਆ ਤੇ ਫਿਰ ਮੈਂ ਕਲਮਾ ਪਾਕ ਪੜ ਲਿਆ ਜੀ ਤੇ ਮਸਜਿਦ ਜਾ ਕੇ ਮਲਾਣਾ ਸਾਹਿਬ ਸਾਡੇ ਹਾਜੀ ਨਵਾਜੀ ਜੀ ਨੇ ਵੀ ਖਾਂ ਸਾਹਿਬ ਰੂਹਾਂ ਸੀ ਦਰਵਾਈਆਂ ਸੀ ਤੇ ਉਹਨਾਂ ਨੇ ਮੈਨੂੰ ਕਲਮਾ ਪੜਾਇਆ ਫਿਰ ਲਾ ਇਲਾਹਾ ਇਲਲ੍ਹਾ ਮੁਹੰਮਦ ਅਰ ਰਸੂਲੱਲਾਹ ਤੇ ਮੈਂ ਇਹ ਕਲਮਾ ਮੈਂ ਪਹਿਲਾਂ ਹਿੰਦੂ ਫੈਮਲੀ ਦੇ ਨਾਲ ਤਲਕਾਤ ਰੱਖਦਾ ਸੀਗਾ ਆਪਣੇ ਤੇ ਨਾਮ ਵੀ ਮੇਰਾ ਗੁਲਸ਼ਨ ਸੀ ਕੱਲਾ ਗੁਲਸ਼ਨ ਕੁਮਾਰ ਤੇ ਮੈਨੂੰ ਮੁਹੱਬਤ ਸੀਗੀ ਮੈਂ ਇਹ ਕੋਈ ਕਿਸੇ ਨੂੰ ਕੋਈ ਗਲਤ ਸ਼ੋਅ ਆਫ ਕਰਨ ਦੇ ਲਈ ਨਹੀਂ ਵੀਡੀਓ ਬਣਾ ਰਿਹਾ ਮੈਨੂੰ ਮੁਹੱਬਤ ਸੀ ਬਸ ਅੱਲਾਹ ਦੇ ਨਾਲ ਤੇ ਆਰਿਫ ਖਾਨ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਮੁਹੱਬਤ ਸੀ ਉਹਨਾਂ ਨੂੰ ਸੁਣ ਸੁਣ ਕੇ ਮੈਨੂੰ ਅੱਲਾਹ ਨਾਲ ਵੀ ਮੁਹੱਬਤ ਹੋ ਗਈ ਤੇ ਫਿਰ ਮੈਂ ਕਲਮਾ ਪੜ ਲਿਆ ਲਾ ਇਲਾਹ ਇਲਾਹਾ ਮੁਹੰਮਦੁਰਸੂਲੱਲਾਹ ਤੇ ਹੁਣ ਮਾਸ਼ਾਅੱਲਾ ਮੇਰੀ ਗੱਲ ਵੀ ਹੁੰਦੀ ਹੈ ਖਾਨ ਸਾਹਿਬ ਦੇ ਨਾਲ ਤੇ ਮੇਰੀ ਰੂਹ ਬੜੀ ਖੁਸ਼ ਹੈ ਤੇ ਅੱਲਾਹ ਪਾਕ ਉਹਨਾਂ ਨੂੰ ਦੁਨੀਆਂ ਦੀ ਹਰ ਖੁਸ਼ੀ ਅ타 ਕਰੇ ਸਾਡੀਆਂ ਅਮਰਾਵੀ ਲਾ ਦੇਵੇ ਤੇ ਅੱਲਾਹ ਪਾਕ 100 ਸਾਲ ਹੋਰ ਜੀਣ ਤੇ ਮਾਸ਼ਾਅੱਲਾ ਸਾਨੂੰ ਸੁਣਾਉਂਦੇ ਰਹਿਣ ਗਾਉਂਦੇ ਰਹਿਣ ਆਬਾਦ ਰਹਿਣ ਖੁਸ਼ ਰਹਿਣ ਤੇ ਸਾਡੇ ਅਰਗੇ ਸ਼ਾਗਿਰਦਾਂ ਨੂੰ ਵੀ ਆਪਣੇ ਲੜਲਾ ਕੇ ਰੱਖਣ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਸਤਾਦ ਜੀ ਹੁਣਾ ਕੋਲੋਂ ਤੇ ਉਹਨਾਂ ਨੂੰ ਸੁਣ ਸੁਣ ਕੇ ਮੈਂ ਵੀ ਇੱਧਰ ਕਵਾਲੀ ਦੀ ਪਾਰਟੀ ਆਪਣੀ ਕਰ ਰਿਹਾ ਵੈਸੇ ਜੀ ਉਹਨਾਂ ਨੂੰ ਸੁਣ ਸੁਣ ਕੇ ਥੋੜਾ ਬਹੁਤਾ ਗਾਣਦੇ ਪਏ ਆ ਤੇ ਪਰ ਉਹ ਕਿਆ ਬਾਤ ਪਾੜਦੇ ਨੇ ਸਾਡੀ ਖਾਨ ਸਾਹਿਬ ਪਾਕਿਸਤਾਨ ਤੋਂ جناب আরিਫ ਖਾਨ ਸਾਹਿਬ ਸੋ ਸ਼ੁਕਰੀਆ ਦਿੱਤਾ ਜੀ ਤੇ ਇਹਨਾਂ ਦੇ ਕਰਕੇ ਮੈਂ ਸਲਾਮ ਵੀ ਕਬੂਲ ਕੀਤਾ ਤੇ ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ ਚਲੋ ਖੈਰ ਪਰ ਮੈਂ ਇਹਨਾਂ ਨੂੰ ਸੁਣ ਸੁਣ ਕੇ ਅੱਲਾ ਤੇ ਇਮਾਨ ਲੈ ਕੇ ਆਂਦਾ ਤੇ ਅੱਲਾ ਪਾਕ ਇਹਨਾਂ ਨੂੰ ਦੁਨੀਆ ਦੀ ਹਰ ਖੁਸ਼ੀ ਦਵੇ ਤੇ ਇਹਨਾਂ ਦਾ ਮਾਸ਼ਾ ਅੱਲਾ ਨਾਮ ਹਾਲੀਵੁੱਡ ਵੋਲੀਵੁੱਡ ਤੱਕ ਜਾਵੇ ਤੇ ਉੱਚੀਆਂ ਉੱਚੀਆਂ ਪਦਵੀਆਂ ਤੱਕ ਅੱਲਾ ਪਾਕ ਇਹਨਾਂ ਨੂੰ ਬੁਲੰਦੀਆਂ ਦਵੇ ਤੇ thik hai ji allah fe salam